ਸਾਸ ਖਿੱਚੋ। ਆਪਣਾ ਖਿੱਚ, ਡਾਕਟਰ ਦਾ ਖਿੱਚਣ ਨਹੀਂ ਆ। ਸਾਂਸ ਲੋ, ਕਹਿੰਦਾ ਸਾਂਸ ਲੋ, ਸਾਂਸ ਲੈ, ਪਲੀਜ਼ ਇੱਕ ਸਾਂਸ ਔਰ ਲੈ। ਬਾਦਸ਼ਾਹ ਮੁਬਾਰਕ ਹੋਵੇ, ਇਹਨੇ ਫੀਸ ਨਹੀਂ ਲੈਣੀ। ਹੈਲੋ, ਪਲੀਜ਼ ਇੱਕ ਸਾਂਸ, ਅਬ ਆਖਰੀ ਸਾਂਸ ਲੈ। ਚੱਲ ਅੰਦਰ ਚੱਲ, ਓਏ ਦਵਾਈ ਲਿਖ ਕੇ ਦੇ। ਮੇਰੇ ਬਿਮਾਰੀ ਸਮਝ ਮੈਂ ਆ ਗਈ ਹੈ, ਦਵਾਈ ਲਿਖ ਕੇ ਦੇ। ਆਪਕੋ ਮੈਨੇ ਦਵਾਈਆਂ ਸਾਰੀ ਲਿਖ ਦੀ। ਸਾਰੀਆਂ ਦਵਾਈਆਂ? ਜੀ ਹਾਂ, ਇਹ ਤਾਂ ਸਾਰੇ ਇੱਕ ਦਿਨ ਦੀ ਖੁਰਾਕ ਆ। ਉਹ ਇਹਦੇ ਚ ਡੇਢ ਪੀੜ ਦੀ ਦਵਾਈ ਕਿਹੜੀ ਹੈ? ਤੂੰ ਸਾਰੀਆਂ ਲੈ ਆਉਣਾ ਤਾਂ ਮੈਂ ਉਹ ਪਛਾਣ ਲਾਂਗਾ। ਬਸ ਇੰਗਲਿਸ਼ ਨਹੀਂ ਪੜ੍ਹੀ ਜਾਂਦੀ ਨਾ, ਮੈਂ ਰੈਪਰ ਵੇਖਣਾ ਤੇ ਪੰਨੀ ਵੇਖਣਾ। ਓਏ ਤੇ ਅੱਠ ਬੰਦਿਆਂ ਦੇ ਆਪਰੇਸ਼ਨ ਦਾ ਸਮਾਨ ਹੈ ਕਿੱਥੇ? ਇੱਧਰ ਵੇਖ, ਲਿਖਿਆ 284 ਸਰਿੰਜਾਂ। ਬਾਦਸ਼ਾਹ ਸਲਾਮਤ, ਇਹ ਆਪਕਾ ਆਖਰੀ ਫੈਸਲਾ ਹੈ? ਉਹ ਕਿਧਰੇ ਖਲੋਣ ਵੀ ਦਿੰਦੇ ਹੋ ਕਿ ਨਹੀਂ? ਉਹ ਹੋਇਆ ਕੀ ਉਹਨੂੰ, ਮਸਲਾ ਕੀ? ਬਾਦਸ਼ਾਹ ਸਲਾਮਤ, ਅਗਰ ਮੈਂ ਆਪਕੀ ਬਹਿਨ ਕੀ ਬਿਮਾਰੀ ਬਤਾ ਦੂੰਗਾ ਤੋ ਆਪ ਤੋੜ ਫੋੜ ਕਰ ਦੇਂਗੇ, ਹੰਗਾਮਾ ਕਰ ਦੇਂਗੇ। ਵਜਾ, ਮੈਂ ਬਾਦਸ਼ਾਹ ਕੇ ਪਾਗਲ ਹਾਂ। ਤੋ ਸੁਣੋ, ਫਿਰ ਆਪਕੇ ਘਰ ਮਹਿਮਾਨ ਆਨੇ ਵਾਲਾ ਹੈ। ਕਿਆ? ਲੋ ਜੀ, ਬਾਦਸ਼ਾਹ ਮੇਰੇ ਤੇ ਪਰਚਾ ਕਰਾਵੇ ਕਰਾਵੇ। ਆਜ ਮੈਂ ਤੁਹਾਰਾ ਸਰਤਨ ਸੇ ਜਦਾ ਕਰ ਦੂੰਗਾ। ਹੋਰ ਨਾ ਲਾਓ, ਕੱਲ ਵੀ ਪਜਾਮਾ ਭਰ ਗਿਆ ਸੀ। ਮਰਨੇ ਕੇ ਲਈ ਤਿਆਰ ਹੋ ਜਾਓ। ਕਿਆ ਹੋ ਗਿਆ? ਤੁਹਾਰੀ ਇਹ ਜੁਰਤ ਕਿ ਤੁਮ ਯੇ ਕਹੋ ਹਮਾਰੀ ਕੁਮਾਰੀ ਬਹਿਨ ਕੇ ਮੁਤਲਕ ਕਿ ਉਸਕੇ ਘਰ ਮਹਿਮਾਨ ਆਨੇ ਵਾਲਾ ਹੈ, ਹਮ ਤੁਹਾਰਾ ਸਰਤਨ ਸੇ ਜੁਦਾ ਕਰ ਦੇਂਗੇ। ਕੌਣ ਲਾ ਦੇਗਾ, ਕਿੱਦਾਂ ਬੁਰਾ ਲਗਾਗਾ ਮੈਂ? ਹੱਤੇ ਅਦਾਬ। ਬਾਦਸ਼ਾਹ ਸਲਾਮਤ, ਆਖਰੀ ਖਾਹਿਸ਼ ਬਤਾਓ। ਮੈਨੂੰ ਛੱਡ ਦਿਓ। ਮੈਨੂੰ ਖਵਾਈ ਪਿਆ ਜੇ ਨਾ, ਮੈਂ ਬੂਹੇ ਕੇ ਜੰਜ ਲਾਇਆ। ਆਪ ਵੀ ਖਾ ਲਾ ਤੁਸੀਂ ਰਾਜਾ, ਜਲੇਬੀਆਂ ਕੱਢਣ ਵਾਲੇ ਚਿਮਟੇ ਚੜਦੇ ਇਸ ਗੱਲ। ਹਾਂ, ਡਾਕਟਰ ਫਸ ਕੇ ਗਿਆ ਭਾਈ, ਹੈ ਪਾਗਲ ਹੀ ਹੈ ਮੁੰਡਾ। ਜਹਾਜ਼ ਤੇ ਬੈਠਾ ਤੇ ਮਿਠਾਈ ਦਾ ਡੱਬਾ ਤੇ ਨਾਲ ਵੱਡਾ ਰੁਮਾਲ ਲੈ ਕੇ ਬੈਠਾ। ਹਾਂਜੀ, ਮੈਂ ਕਿਹਾ ਇਹ ਕਰਨਾ, ਕਹਿੰਦਾ ਮੈਂ ਪਾਇਲਟ ਦਾ ਸ਼ਗਿਰਦ ਹੋਣਾ ਭਾਈ, ਉੱਥੇ ਥੋੜੀ ਹੁੰਦਾ ਸੀ। ਹੋਰ ਕੀ ਹਾਲ? ਬਸ ਠੀਕ ਆ ਸਰ। ਮੈਨੂੰ ਤੇਰੇ ਨਾਲ ਬੜੀ ਹਮਦਰਦੀ। ਮਿਹਰਬਾਨੀ ਤੇ ਮੂੰਹ ਉੱਤੇ ਰੱਖੋ, ਜਰਾਬਾਂ ਦੀ ਬੋ ਆ ਰਹੀ। ਚਲੋ, ਮਹਿੰਗਾਈ ਦਾ ਦੌਰੇ ਪਿੱਛੇ ਕੁਛ ਆ ਹੀ ਰਿਹਾ ਨਾ, ਯਾਦ ਨਹੀਂ ਰਿਹਾ ਤੁਹਾਡਾ? ਜੀ ਡਾਕਟਰ ਸਾਹਿਬ, ਵੇਲੇ ਜੀ ਸਰ, ਜੀ ਸਰ, ਆਪੇ ਭੁੱਖਾ ਮਰੇਗਾ।
ਮੈਨੂੰ ਧੱਕਾ ਦਿੱਤਾ ਤੂੰ ਜਰਮੀਆਂ ਦੀ ਬਾਤ ਤੈਨੂੰ ਧੱਕੇ ਦੇਣਾ ਚਲੋ ਅੱਧਿਆਂ ਨਾਲ ਮੇਰਾ ਮੁੰਡਾ ਲਵਾਤਾ ਤੂੰ ਨੀ ਬਾਹ ਕਿਹੜੀ ਜਰੇ ਚੁੱਪ ਕਰ ਤੂੰ ਵਿੱਚ ਵੱਖਰਾ ਲੜਾਈ
ਇੰਤਜ਼ਾਰ ਵੱਖਰਾ। ਅੱਜ ਸਰ ਤੁਸੀਂ ਨੇ ਸੁਣਾਇਆ ਕਿ ਐਨ ਨੇ ਕਿਹਾ ਕਿ ਬਾਦਸ਼ਾਹ ਨੇ ਉਹਨੇ ਪਹਿਲਵਾਨ ਨੇ ਕੋਈ ਬੰਦਾ ਮਾਰਿਆ, ਜੀਰਾ ਪਹਿਲਵਾਨ ਕਬਜ਼ਾ ਕਰੋ ਪੇ, ਨੱਚਦੀ ਦੁਨੀਆਂ ਨਚਾਉਣ ਵਾਲਾ ਚਾਹੀਦਾ, ਇੱਥੇ ਨੱਚਦੀ ਦੁਨੀਆਂ ਦੇ ਤੇਰੇ ਪਿੱਛੇ ਬਕਵਾਸ ਕਰਦੇ ਨੇ। ਕਿਹਨੇ ਕਿਹਾ? ਕਿਹਨੇ ਕਿਹਾ? ਐਸ ਡੱਡੂ ਚਾਰਜਰ ਨੇ ਕਿਹਾ। ਹੁਣ ਕੀ ਫਾਇਦਾ, ਅਕਲੂ ਹੱਥ ਮਾਰ ਡੱਡੂ ਚਾਰਜਰ ਦਾ ਮੂੰਹ ਹੈ ਉਹਦਾ, ਕਹਿ ਤੇ ਸਹੀ ਰਿਹਾ। ਓਏ ਉਜਰੀਆਂ ਢੋਰਾਂ ਦੇ ਖੋਤੇ, ਨੱਚਦੀ ਹੈ ਦੁਨੀਆਂ ਨਚਾਉਣ ਵਾਲਾ ਚਾਹੀਦਾ। ਓਏ ਪਹਿਲਵਾਨ, ਮੇਰੇ ਕੋਲ ਵਾਜਾ ਤਾਂ ਹੈ, ਸਿਰਫ ਵਜਾਉਣ ਵਾਲਾ ਚਾਹੀਦਾ ਹੈ। ਹੈ ਕੋਈ ਬੰਦਾ ਇਧਰ? ਓਏ ਓਏ, ਨੱਚਦੀ ਹੈ ਦੁਨੀਆਂ ਨਚਾਉਣ ਵਾਲਾ ਚਾਹੀਦਾ। ਓਏ ਚੀਕਚੀ ਮੇਰੇ ਕੋਲ ਹੈਗਾ, ਬਸ ਕੁਛ ਚਲਾਉਣ ਵਾਲਾ ਚਾਹੀਦਾ। ਓ ਬਾਦਸ਼ਾਹ ਜੀ, ਚਾਚਾ ਜੀ, ਓਏ ਨੱਚਦੀ ਹੈ ਦੁਨੀਆਂ ਨਚਾਉਣ ਵਾਲਾ ਚਾਹੀਦਾ। ਫੇਰ ਮੇਰੇ ਕੋਲ ਹੈ, ਬਸ ਲਾਉਣ ਵਾਲਾ ਚਾਹੀਦਾ। ਇਧਰ ਓਏ ਪਹਿਲਵਾਨ ਅਜੇ ਤੱਕ ਬੰਦਾ ਨੀ ਮਾਰਿਆ, ਕਿਸੇ ਨੇ ਨੀ ਕਿਹਾ ਪਹਿਲਵਾਨ, ਇਹਨੇ ਕਿਹਾ, ਇਹਨੇ ਕਿਹਾ ਮਾਰਾ ਫਿਰ ਬੰਦਾ ਜਿੱਦਾਂ। ਓਏ ਉਹ ਪਹਿਲਵਾਨ, ਜਾ ਮੇਰਾ ਪੁੱਤਰ ਆਪਣਾ ਕੰਮ ਕਰ ਜਾ। ਕੀ ਕਹਿ ਰਿਹਾ? ਜਾ ਕੰਮ ਕਰ ਆਪਣਾ। ਕਿਹੜਾ ਕੰਮ? ਮਰਨੇ ਜਾ, ਆਪਣਾ ਕੰਮ ਕਰ, ਜਾ ਆਪਣਾ ਕੰਮ ਕਰ। ਤੁਹਾਡੀ ਮਿਹਰਬਾਨੀ, ਪਹਿਲਵਾਨ ਜਾਓ। ਕੀ ਕਹਿ ਰਿਹਾ? ਕੀ ਕਹਿ ਰਿਹਾ ਪਹਿਲਵਾਨ? ਜਾ ਆਪਣਾ ਕੰਮ ਕਰ। ਮੈਨੂੰ ਲੈ ਗਿਆ ਧੱਕੇ ਮਾਰੀ, ਧੱਕਾ ਉਹਦੇ ਭਰਾ ਦੇ ਸਾਹਮਣੇ, ਉਹਦੇ ਭਰਾ ਨੂੰ ਧੱਕਾ। ਬਦਮਾਸ਼ ਨੂੰ ਛਿੱਤਰ ਮਾਰੋ ਨਾ, ਧੋਤੀ ਨਾਲ ਬੂਟ ਕੌਣ ਪਾਉਂਦਾ?
ਭਲਵਾਨ ਹੈ, ਉਹਦੀ ਮਰਜ਼ੀ, ਜੋ ਮਰਜ਼ੀ ਪਾਵੇ, ਜੋ ਮਰਜ਼ੀ ਲਾਵੇ। ਜਿਹੜੇ ਘਰ ਚ ਬੰਦਾ ਭੁੱਲ ਕੇ ਜਾਂਦਾ ਉਹ ਪਾ ਕੇ ਆ ਜਾਂਦਾ। ਬਸ 3 ਕਿਲੋ ਪਕੌੜੇ ਬਾਥਰੂਮ ਚ ਬਹਿ ਕੇ ਖਾ ਗਿਆ, ਮੈਨੂੰ ਕਿਹੜਾ ਬੋ ਆਉਂਦੀ। ਭਲਵਾਨ ਆਦਮੀ ਸਮਝ ਨੀ ਉਹਦੀ ਕੀ ਕਹਿਣ ਦਾ, ਸਮਝ ਆਉਂਦੀ ਹੈ। ਗੱਲ ਸੁਣੋ, ਅੱਜ ਮੇਰਾ ਮਸ਼ੂਕ ਇੱਥੇ ਆ ਰਿਹਾ। ਭਗਵਾਨ ਜੀ ਕੀ ਤਕੱਲਫ ਕੀਤਾ, ਅੱਜ ਮੇਰਾ ਮਸ਼ੂਕ ਇੱਥੇ ਆ ਰਿਹਾ, ਕਿਸੇ ਨੇ ਨਜ਼ਰ ਭਰ ਕੇ ਨੀ ਵੇਖਣਾ, ਨਜ਼ਰਾਂ ਨਹੀਂ ਹੋਣੀ ਚਾਹੀਦੀਆਂ ਨੇ। ਅੱਛਾ ਜੀ, ਤੁੰਨੀ ਤੋਂ ਉੱਤੇ ਅੱਖ ਨਾ ਜਾਏ। ਕਿੱਥੋਂ ਜੀ? ਤੁੰਨੀ ਤੋਂ ਉੱਤੇ ਸਾਡੀ ਤੇ ਜਾਂਦੀ ਨਹੀਂ, ਸਾਡਾ ਆਖਰੀ ਸਟਾਪ ਤੁੰਨੀ ਹੈ। ਓਏ ਤੁੰਨੀ ਤੋਂ ਉੱਤੇ ਅੱਖ ਨਾ ਜਾਏ। ਓਏ ਤੁੰਨੀ ਤੱਕ ਤੇ ਜਾਸਤੇ ਨਾ ਬਾਦਸ਼ਾਹ ਜੀ, ਤੁੰਨੀ ਤੋਂ ਉੱਤੇ ਅੱਖ ਨੀ ਜਾਣੀ ਚਾਹੀਦੀ। ਵਰਜਾਈ ਦੀ ਤੁੰਨੀ ਤੋਂ, ਆਪਣੀ ਤੁੰਨੀ ਤੋਂ ਜੀ। ਭਾਬੀ ਜੀ, ਮੈਂ ਕਿਹਾ